सब्सक्राइब करो NC7 न्यूज नू ते लेटेस्ट अपडेट पाउन लई प्रेस करो बेल आइकन। सरकारी हस्पताल आए दिन किसी ना किसी वजह कारण चर्चा विच रहिंदे ने। तस्वीरां सामने आईयां फगवाड़ा दे सिविल हस्पताल दीयां। तस्वीरां वेख के तुसीं इक वार हैरान तां जरूर होवोगे। जदों मीडिया दी टीम हस्पताल पहुंची तां उन्हां वेख्या कि जिस कमरे विच मरीजां दी पर्चियां कट्टियां जांदियां ने उस कमरे च लैब टैक्नीशियन अते कैंटीन चलाउण वाला लॉक लगा के सुत्ता पिया सी, जिस दी सूचना ड्यूटी ते तैनात डॉक्टर नूं दित्ती गई। इत्थे हैरान करन वाली गल इह रही कि लैब टैक्नीशियन नूं हस्पताल विच क्वार्टर दित्ता गया है, परंतु लैब टैक्नीशियन वल्लों सिर्फ पर्ची कट्टण वाला कमरा ही क्यों चुनिया गया, ਜਿਸ ਦੇ ਚਲਦਿਆਂ ਹਸਪਤਾਲ ਦੇ ਸਟਾਫ ਤੇ ਵੀ ਸਵਾਲ ਖੜੇ ਹੁੰਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਮੀਡੀਆ ਵੱਲੋਂ ਤੁਹਾਡੇ ਵੱਲੋਂ ਜਿਹੜੇ ਨੋਟਿਸ ਲਿਆਂਦੀ ਗੱਲ ਆਤੀ ਲਿਆਂਦੀ ਕਿਸ ਤਰ੍ਹਾਂ, ਅਤੇ ਮੈਂ ਉਸੇ ਵੇਲੇ ਜਿੱਦਾਂ ਆਪਾਂ ਪਤਾ ਕੀਤਾ ਕਿ ਉੱਥੇ ਡਿਊਟੀ ਦੇ ਵਿੱਚ ਰਮਨ ਕੁਮਾਰ ਜਿਹੜਾ SC ਹੈ ਜਿਹੜਾ ਕੋਵਿਡ ਦੇ ਵਿੱਚ ਜਾਂ ਕੋਵਿਡ-19 ਦੇ ਵਿੱਚ ਸੈਂਪਲਿੰਗ ਕਰਦਾ 24 ਆਵਰਸ ਵਿੱਚ ਉਹਦੀ ਡਿਊਟੀ ਲਾਈ ਹੋਈ ਹੈ, ਅਤੇ ਉਹ ਮਤਲਬ ਜਿਸ ਤਰ੍ਹਾਂ ਕੋਈ ਕੇਸ ਆਉਂਦਾ ਅਤੇ ਉਹ ਉਹਦਾ ਡਿਊਟੀ ਦਾ ਕਮਰਾ ਜਿਹੜਾ ਹੈਗਾ ਉਹ 33 ਨੰਬਰ ਕਮਰਾ ਹੈਗਾ, ਅਤੇ ਉਹਨੂੰ ਇਹ ਸੀ ਪੁੱਛਿਆ ਗਿਆ ਵੀ ਤੂੰ ਮਤਲਬ ਜੇ ਡਿਊਟੀ ਕਰਦਾ ਹੈਗਾ ਉਹ ਬਿਨਾਂ ਮੇਰੀ ਆਗਿਆ ਤੋਂ ਬਗੈਰ ਉਹਨੇ ਇਹ ਰੂਮ ਜਿਹੜਾ ਪਹਿਲਾਂ ਕਿ ਅਲਾਓ ਕਰਨਾ ਹੁੰਦਾ ਵੀ ਮੈਂ ਕਿਹੜੇ ਰੂਮ ਦੇ ਵਿੱਚ ਬੈਠ ਕੇ ਡਿਊਟੀ ਕਰਨੀ ਹੈ, ਅਤੇ ਉਹ ਮੇਰੇ ਅੱਗੇ ਕੋਈ ਉਹਨੇ ਆਗਿਆ ਨਹੀਂ ਲਈ। ਉਹ ਇਹ ਜਿਹੜਾ ਕਿ 17 ਨੰਬਰ ਕਮਰਾ ਉਹਦੇ ਵਿੱਚ ਇਹ ਉੱਥੇ ਰਾਤ ਨੂੰ ਉਹ ਪ੍ਰੈਜੈਂਟ। ਡਾਕਟਰ ਸਾਹਿਬ ਜੇ ਗੱਲ ਕਰੀਏ 17 ਨੰਬਰ ਰੂਮ ਦੀ ਜਿੱਥੇ ਕਿ ਇੱਕ ਸਾਰਾ ਸਰਕਾਰੀ ਰਿਕਾਰਡ ਪਿਆ ਹੋਇਆ, ਉੱਥੇ ਇੱਕ ਬਾਹਰੋਂ ਮੰਜੀ ਲਿਆ ਕੇ ਉੱਥੇ ਡਹਿ ਗਏ, ਕੀ ਉਹ ਜਾਇਜ਼ ਸੀ? ਅਤੇ ਹਸਪਤਾਲ ਦੀ ਕੀ ਕਾਰਗੁਜ਼ਾਰੀ ਹੈ? ਜਿਹੜਾ ਡਿਊਟੀ 'ਤੇ ਡਾਕਟਰ ਹੈ ਸਟਾਫ, ਉਹਨਾਂ ਦੀ ਕੀ ਕਾਰਗੁਜ਼ਾਰੀ ਹੈ? ਏਸੀ ਚੱਲਦੇ, ਇੱਕ ਮੀਡੀਆ ਨੇ ਦੇਖਿਆ, ਹਸਪਤਾਲ ਦੇ ਪ੍ਰਬੰਧਕਾਂ ਦੀ ਕੀ ਜ਼ਿੰਮੇਵਾਰੀ ਸੀ? ਕਿਉਂਕਿ ਲੈ ਜਿਹੜੇ ਇੱਕਦਮ ਹੀ ਛੱਡਣ ਗੱਲ ਹੈ, ਇੱਦਾਂ ਦਾ ਪਹਿਲਾਂ ਕਦੇ ਇੱਦਾਂ ਦਾ ਇੰਸੀਡੈਂਸ ਨਹੀਂ ਹੋਇਆ, ਕਿਉਂਕਿ ਜਿੰਨੇ ਵੀ ਲੈਬ ਟੈਕਨੀਸ਼ੀਅਨ ਹੈਗੇ ਨੇ ਉਹਨਾਂ ਨੂੰ ਪਤਾ ਕਿ ਆਪਣੇ ਜਿੱਦਾਂ ਬਲੱਡ ਬੈਂਕ ਦਾ ਲੈਬ ਟੈਕਨੀਸ਼ੀਅਨ ਹੈ, ਲੈਬ ਦਾ ਲੈਬ ਟੈਕਨੀਸ਼ੀਅਨ ਹੈ, ਉਹ ਆਪਣੀ ਡਿਊਟੀ ਰੂਮ ਦੇ ਵਿੱਚ ਉੱਥੇ ਹੈਗਾ। AC ਲੱਗੇ ਹੋਏ ਨੇ, ਇਹ ਸਿਰਫ ਗਰਮੀਆਂ ਦੇ ਮੌਸਮ ਕਰਕੇ AC ਲੱਗਾ, AC ਕਰਕੇ ਹੋਰ ਆ ਉੱਥੇ ਕਿਵੇਂ ਸਟਾਫ ਜਿਹੜੀ ਲੈਬ ਟੈਕਨੀਸ਼ੀਅਨ ਜਿਹਦੀ ਡਿਊਟੀ ਮਤਲਬ ਉੱਥੇ ਸੀ ਰਾਤ ਨੂੰ, ਇਹ ਸਰ ਜਿਹੜਾ AC ਕਰਕੇ ਉਸ ਕਮਰੇ 'ਚ ਆ ਗਿਆ। ਇਹ ਜਿਹੜਾ ਲੈਬ ਟੈਕਨੀਸ਼ੀਅਨ ਸਰਕਾਰੀ ਹੈ ਜਾਂ ਗੈਰ ਸਰਕਾਰੀ ਹੈ? ਕਿਹਦੇ ਵੱਲੋਂ ਅਪੁਆਇੰਟ ਕੀਤਾ ਗਿਆ ਹੈ? ਬਾਵਜੂਦ ਹਸਪਤਾਲ ਦੇ ਵਿੱਚ ਸਰਕਾਰੀ ਅਸੀਂ ਕਿਉਂ ਚਲਾ ਰਹੇ? ਜੋ ਡਿਊਟੀ ਕਰਨੀ ਹੈ ਕੁਆਟਰ ਬੈਠ ਕੇ ਨਹੀਂ ਕਰ ਸਕਦੇ। ਡਾਕਟਰ ਸਾਹਿਬ ਜਿਹੜੇ ਜਿੰਨੇ ਵੀ ਆਪਣੇ ਲੇਬਰ ਦੇ, ਜੇ ਇੱਕ ਸਰਜੀਰੀਅਨ ਕਰਨ ਵਾਲੀ ਲੇਡੀਜ਼ ਡਾਕਟਰ ਜਲੰਧਰੋਂ ਆ ਕੇ ਓਪਰੇਸ਼ਨ ਕਰਨਗੇ ਜਿਹੜੇ ਸਭ ਤੋਂ ਵੱਡਾ ਐਮਰਜੈਂਸੀ ਹੈ, ਤਾਂ ਕਿਆ ਕਰੋਨਾ ਇਹੋ ਜਿਹੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਕਿ ਜਿਹੜੇ ਬੰਦੇ ਨੂੰ ਆਪਣੇ 200 ਗਜ਼ ਤੋਂ ਦੂਰੀ ਤੋਂ ਉੱਠ ਕੇ ਨਹੀਂ ਆ ਸਕਦਾ? ਡਿਲੀਵਰੀ ਸਰਜੀਰੀਅਨ ਇੱਕ ਐਮਰਜੈਂਸੀ ਹੈ, ਕਿਸੇ ਦੀ ਜਾਨ ਜਾਈ ਜਾ ਸਕਦੀ ਹੈ, ਪਰ ਇੱਕ ਟੈਕਨੀਸ਼ੀਅਨ 200 ਗਜ਼ ਦੂਰੀ ਤੇ ਕਿਉਂ ਨਹੀਂ ਉੱਠ ਕੇ ਆ ਸਕਦਾ? ਉਹਦੇ ਵਿੱਚ ਇਹ ਹੈਗਾ ਜਿਹੜਾ ਡਿਲੀਵਰੀ ਦੇ ਵਿੱਚ ਪਹਿਲਾਂ ਉਹਨੂੰ ਅਟੈਂਡ ਕਰਨ ਵਾਲੀ ਸਟਾਫ ਨਰਸ ਡਿਲੀਵਰੀ ਅਟੈਂਡ ਕਰਦੀ ਹੈ, ਤੇ ਉਸ ਤੋਂ ਬਾਅਦ ਜਦੋਂ ਲੋੜ ਪੈਣ ਦੇ ਉੱਤੇ ਫਿਰ ਡਾਕਟਰ ਨੂੰ ਬੁਲਾਉਂਦੇ ਆ। ਦੱਸ ਸਕਦੇ ਡਾਇਰੈਕਟਲੀ ਇੱਕ ਹੋਰ ਦੱਸੋ, ਇੱਕ ਕੰਟੀਨ ਵਾਲਾ ਲੈਬ ਟੈਕਨੀਸ਼ੀਅਨ ਨੇ ਕਰਨਾ, ਕੰਟੀਨ ਵਾਲਾ ਵਿਅਕਤੀ ਵੀ ਸੁੱਤਾ ਹੈ, ਇੱਕ ਕੰਟੀਨ ਵਾਲਾ ਤੁਹਾਡੇ ਰੂਮ 'ਚ ਤੁਹਾਡੇ ਜਿੱਥੇ ਸਪਾਈਰੀਆਂ ਪਈਆਂ ਉਹ ਆ ਕੇ ਕਿਉਂ ਸੌਂ ਜਾਵੇ ਜੀ ਉੱਥੇ? ਉਹ ਵੀ ਅਸੀਂ ਇਹ ਗਲਤ ਗੱਲ ਹੈਗੀ ਆ, ਇਹਦੇ ਵਿੱਚ ਅਸੀਂ ਉਹਨੂੰ ਚਿੱਠੀ ਕੱਢੀ ਆ।